talk about beer. Let's talk about beer. ਪਹਿਲਾ ਰੈਡ ਡਾਟ ਹੱਥ ਦੇ ਉੱਤੇ ਬਣਾਏ ਸੀਗੇ, ਕਾਫੀ ਕੁੜੀਆਂ ਦੇ ਬਣਾਏ ਵੀ ਸੀ। ਉਹ ਇਹੀ ਚੀਜ਼ ਸੀ ਕਿ ਜਿਹੜੀ ਤੁਸੀਂ ਹੈਜ਼ੀਟੇਟ ਕਰਦੇ ਹੋ, ਆਪਾਂ ਨੂੰ ਪੀਰੀਅਡ ਦਾ ਨਾਮ ਲੈਂਦੇ ਹੋਏ ਆਪਾਂ ਨੂੰ ਸ਼ਰਮ ਆਉਂਦੀ ਹੈ, ਪਹਿਲੀ ਗੱਲ ਤਾਂ ਆਪਾਂ ਉਹਨੂੰ ਰਿਮੂਵ ਕਰਨਾ। ਕਾਲਜਿਸ ਦੇ ਵਿੱਚ ਅਸੀਂ ਲੈਕਚਰ ਦਿੱਤੇ ਨੇ, ਇਕੱਲੀਆਂ ਕੁੜੀਆਂ ਬੁਲਾ ਲੈਂਦੇ ਹਾਂ ਜੀ, ਅਸੀਂ ਕੁੜੀਆਂ ਨੂੰ ਲੈਕਚਰ ਦਿੱਤੇ ਵੀ ਨੇ, ਕਿਉਂਕਿ ਉਹ ਟਾਈਮ 5-6 ਸਾਲ ਤੋਂ ਅਸੀਂ ਜਦੋਂ ਤੁਰਦੇ ਆ ਰਹੇ ਹਾਂ, ਕੁਛ ਸਾਡੇ ਵਿੱਚ ਵੀ ਹੈਜ਼ੀਟੇਸ਼ਨ ਸੀ। ਪਹਿਲਾਂ ਤਾਂ ਅਸੀਂ ਆਪਣੀ ਰਿਮੂਵ ਕੀਤੀ ਵੀ ਯਾਰ ਅਸੀਂ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਕੀ ਸਮਝਾਵਾਂਗੇ ਅਸੀਂ। ਸੋ ਜਦ ਤੱਕ ਕੁੜੀਆਂ ਬਰੇਵ ਨਹੀਂ ਹੁੰਦੀਆਂ ਕਿ ਵੀ ਮੁੰਡਿਆਂ ਸਾਹਮਣੇ ਸੁਣਨ ਦੀ ਸ਼ਮਤਾ ਕਰ ਸਕਣ, ਉਦੋਂ ਤੱਕ ਅਸੀਂ ਬੋਲ ਹੀ ਨਹੀਂ ਸਕਦੇ। ਅਸੀਂ ਹੁਣ ਮੁੰਡਿਆਂ ਨੂੰ ਨਾਲ ਕੰਪੇਅਰ ਕੀਤਾ ਕਿ ਵੀ ਹਾਂਜੀ ਉਹਨਾਂ ਨੂੰ ਬਰਾਬਰ ਬਿਠਾਉਣਾ ਸ਼ੁਰੂ ਕੀਤਾ। ਜੇ ਕੁੜੀਆਂ ਇਸ ਚੀਜ਼ ਨੂੰ ਫੇਸ ਕਰਦੀਆਂ ਨੇ ਤਾਂ ਮੁੰਡੇ ਵੀ ਤਾਂ ਉਸੇ ਘਰ 'ਚ ਹੀ ਰਹਿੰਦੇ ਨੇ। ਸ਼ੇਮ ਵਾਲੀ ਕੋਈ ਗੱਲ ਨਹੀਂ ਹੈ। ਔਰ ਇਹ ਜਿਹੜੀ ਉਹਨਾਂ ਦੀ ਯੋਨੀ ਗਿਰੀ ਸੀ ਉੱਥੇ, ਤਾਂ ਉੱਥੇ ਕਮੱਖਿਆ ਦੇਵੀ ਮੰਦਰ ਬਣਿਆ ਅਤੇ ਪੂਜਦੇ ਤਾਂ ਅਸੀਂ ਉੱਥੇ ਵੀ। ਕਿੱਥੇ ਤਾਂ ਅਸੀਂ ਔਰਤ ਨੂੰ ਐਡਾ ਵੱਡਾ ਦਰਜਾ ਦੇ ਤਾ, ਕਿੱਥੇ ਅਸੀਂ ਔਰਤ ਨਾਲ ਸ਼ੋਸ਼ਣ ਕਰੀ ਜਾਂਦੇ, ਕਿਉਂ ਬਈ? ਐਸਾ ਕੁਛ ਵੀ ਨਹੀਂ ਹੈਗਾ। ਗਰੋਅ ਅਪ।